ਬਾਰਡਰਾਂ ਤੇ ਏਜੰਸੀਆਂ ਦੇ ਵਿਆਪਕ ਪੱਧਰ ਤੇ ਬੰਦੇ ਆ। ਸਾਡੀ ਇਨਪੁਟਸ ਨੇ ਵੀ ਜਿਨ੍ਹਾਂ ਨੇ ਗੋਲੀ ਚਲਾਈ ਬਾਰਡਰ ਤੇ ਉਹ ਰਜਿੰਦਰਾ ਹਸਪਤਾਲ 'ਚ ਵੇਖੇ ਗਏ ਆ। ਔਰ ਸਾਡੀ ਪੰਜਾਬ ਦੀ ਪੁਲਿਸ ਜਦੋਂ ਸਾਡੇ ਬੰਦਿਆਂ ਨੂੰ ਸ਼ੱਕ ਪਿਆ ਵਾ, ਉਹਨਾਂ ਨੂੰ ਪ੍ਰੋਟੈਕਟ ਕਰਦੀ ਨਜ਼ਰ ਆਈ ਆ। ਔਰ ਇਹ ਇਸ ਕਰਕੇ ਉੱਧਰ ਵੀ 200 ਘੱਟੋ ਘੱਟ ਹਰਿਆਣੇ ਦੀ CID ਦੇ ਬੰਦੇ ਵੜੇ ਹੋਏ ਆ। ਅਸੀਂ ਕੱਲ੍ਹ ਵੀ ਬੰਦੇ ਫੜੇ ਆ, ਇੱਧਰ ਵੀ ਹੈਗੇ ਆ। ਔਰ ਉਹਨਾਂ ਦੀ ਮਨਸ਼ਾ ਆਗੂਆਂ ਨੂੰ ਟਾਰਗੇਟ ਕਰਨਾ ਹੈਗਾ। ਇਸ ਅੰਦੋਲਨ ਵਿੱਚ ਬਹੁਤ ਸਾਰੇ ਆਗੂ ਉਹਨਾਂ ਦੇ ਟਾਰਗੇਟ 'ਤੇ ਨੇ, ਔਰ ਉਹ ਕਿਸੇ ਕਿਸਮ ਦਾ ਹਮਲਾ ਵੀ ਆਗੂਆਂ 'ਤੇ ਕਰਵਾ ਸਕਦੇ ਨੇ। ਔਰ ਜੋ ਅਸੀਂ ਰਵੱਈਆ ਹੁਣ ਆਪਣੀ ਸਰਕਾਰ ਦਾ ਦੇਖ ਰਹੇ ਹਾਂ, ਵੀ ਉਹ ਕਹਿ ਦੂਗੀ ਵੀ ਸਾਨੂੰ ਕੀ ਪਤਾ ਕਿਸੇ ਆਗੂ ਦਾ ਐਕਸੀਡੈਂਟ ਵੀ ਕਰਾਇਆ ਜਾ ਸਕਦਾ, ਇਹ ਸਾਰੇ ਅਸੀਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਸੀ ਵੀ ਇਹ। ਇਸ ਕਰਕੇ ਅਸੀਂ ਇਸ ਪੱਧਰੋਂ ਵੀ ਸੁਚੇਤ ਹੈਗੇ ਹਾਂ ਸਰਕਾਰ ਕਿਸ ਕਿਸਮ ਦਾ ਸੋਚੇ। ਪੰਜਾਬ ਸਰਕਾਰ ਸਿਲੰਡਰ ਹੀ ਕਰ ਗਈ ਕੇਂਦਰ ਦੇ ਗਾੜੀ, ਵੀ ਅਸੀਂ ਨਾ ਤਾਂ ਆਪਣੀ ਸਰਹੱਦ ਦੇ ਵਿੱਚ ਕਿਸੇ ਨੂੰ ਆਉਣੋਂ ਰੋਕਣਾ ਨਾ ਜਾਣੋਂ ਰੋਕਣਾ। ਪੰਜਾਬ ਸਰਕਾਰ ਦੇ ਹੱਥ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਹੈਗੀ ਆ, ਉਹਦੇ ਹੁੰਦਿਆਂ ਹੋਇਆਂ ਦੂਜੀਆਂ ਏਜੰਸੀਆਂ ਦੀ ਕੀ ਲੋੜ ਹੈਗੀ ਆ। ਜੇ ਵਾਕਿਆ ਹੀ ਮੁੱਖ ਮੰਤਰੀ ਪੰਜਾਬ ਸਾਡੇ ਨੇ ਤਾਂ ਇੱਥੇ ਬਾਰਡਰਾਂ 'ਤੇ ਬੈਠੀ ਕਿਸਾਨਾਂ ਮਜ਼ਦੂਰਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਉਹਨਾਂ ਦਾ ਮੁੱਢਲਾ ਫਰਜ਼ ਬਣਦਾ ਹੈਗਾ ਵਾ, ਜੇ 'ਚ ਉਹ ਨਾਕਾਮਯਾਬ ਰਹੇ ਨੇ। ਇਹਦੋਂ ਗਾਹਾਂ ਮੋਰਚੇ ਦਾ ਦਬਾਅ ਇੰਨਾ ਜ਼ਿਆਦਾ ਵਾ ਵੀ ਉਹਨਾਂ ਨੂੰ ਇਸ ਸਮੇਂ ਦੇ ਵਿੱਚ ਗੰਨੇ ਦਾ ਰੇਟ ਵਧਾਉਣਾ ਪੈ ਗਿਆ। ਬੇਸ਼ੱਕ ਅਸੀਂ ਉਹ ਰੇਟ ਤੋਂ ਸਹਿਮਤ ਨਹੀਂ ਹੈਗੇ, ਵੀ ਲੋਕ ਲਹਿਰ ਉੱਠਦੀ ਨੂੰ ਥੋੜ੍ਹਾ ਜਿਹਾ ਪਾਣੀ ਦੇ ਬਿਸ਼ਾਰੇ ਮਾਰ ਕੇ ਰੋਕਣ ਦਾ ਯਤਨ ਕੀਤਾ। ਅੱਜ ਹਰਿਆਣੇ ਦੇ ਵਿੱਚ ਵੀ ਕੋਆਪਰੇਟਿਵ ਬੈਂਕ ਦਾ ਜਿਹੜਾ ਵਾ ਉਹ ਵਿਆਜ ਮਾਫ ਕੀਤਾ ਗਿਆ ਵਾ, ਤੋ ਭਾਵੇਂ ਉਸ ਨਾਲ ਵੀ ਅਸੀਂ ਸਹਿਮਤ, ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਦੀ ਗੱਲ ਕਰ ਰਹੇ ਹਾਂ। ਤੋ ਉਹ ਲਹਿਰ ਦੀ ਉੱਠਦੀ ਜਿਹੜੀ ਤਾਕਤ ਆ ਉਹਦੇ ਦਬਾਅ ਹੇਠ ਛੁੱਟ ਪੁੱਟ ਚੀਜ਼ਾਂ 'ਤੇ ਕਰ ਰਹੇ ਨੇ, ਅਸਲ ਵਿੱਚ ਜਿਹੜੀਆਂ ਅਸਲ ਮੰਗਾਂ ਨੇ ਅਸਲ ਉਹਨਾਂ 'ਤੇ ਨਿਪਟਾਰਾ ਹੋਣਾ ਬਾਕੀ ਆ।